ਇਹ ਗੱਲ ਮੈਂ ਕਹਾਂ ਤੇ ਹੋ ਸਕਦਾ ਬਹੁਤ ਸਾਰੇ ਲੋਕ ਇਹ ਗੱਲ ਸੋਚਣ ਵੀ ਇਹ ਵਿਰੋਧ ਦੇ ਵਿੱਚ ਹੈ, ਵਿਰੋਧ ਲਈ ਵਿਰੋਧ ਹੋ ਰਿਹਾ। ਸੋ ਹੁਣ ਤਾਂ ਕਾਂਗਰਸ ਪਾਰਟੀ ਦੇ MLA ਸਾਹਿਬਾਨ, ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਸਾਹਿਬਾਨ ਆਪਣੇ ਕਾਂਗਰਸ ਪਾਰਟੀ ਦੇ MP ਦੀਆਂ ਪ੍ਰਾਪਤੀਆਂ ਬਾਰੇ ਸੱਚਾਈ ਬਿਆਨ ਕਰ ਰਹੇ ਆ। ਕਿਸੇ ਨੇ ਕੋਈ ਪ੍ਰਾਪਤੀ ਕੀਤੀ ਹੋਵੇ ਨਾ, ਕੰਮ ਕੀਤਾ ਹੋਵੇ, ਤਾਂ ਉਹਨੂੰ ਆਪਣੀਆਂ ਪ੍ਰਾਪਤੀਆਂ ਬੋਰਡਾਂ ਦੇ ਉੱਤੇ ਲਿਖਣ ਦੀ ਲੋੜ ਨਹੀਂ ਪੈਂਦੀ। ਜਿਹੜੇ ਬੰਦੇ ਨੇ ਕੋਈ ਕੰਮ ਨਾ ਕੀਤਾ ਹੋਵੇ ਅਤੇ 5 ਸਾਲ ਮੌਜ ਮਸਤੀ ਕੀਤੀ ਹੋਵੇ, 5 ਸਾਲਾਂ ਬਾਅਦ ਉਹਨੂੰ ਫਿਰ ਝੂਠ ਦਾ ਸਹਾਰਾ ਲੈਣਾ ਪਿਆ। ਸੋ ਅੱਜ ਲੁਧਿਆਣੇ ਦੇ ਮੈਂਬਰ ਪਾਰਲੀਮੈਂਟ ਸਾਹਿਬ ਵੱਡੇ ਵੱਡੇ ਬੋਰਡ ਲਾ ਕੇ ਕੀ ਜਿਤਾਉਣਾ ਚਾਹੁੰਦੇ ਆ? ਜੇ ਇਹੀ ਕਿਤੇ ਕੰਮ ਕੀਤੇ ਹੁੰਦੇ ਤਾਂ ਫਿਰ ਬੋਰਡਾਂ ਦੇ ਉੱਤੇ ਇਹ ਕੰਮ ਲਿਖਣ ਦੀ ਲੋੜ ਨਹੀਂ ਸੀ। ਫਿਰ ਆਵਾਜ਼ੇ ਖਲਕ ਨਗਾੜਾ ਏ ਖੁਦਾ, ਫਿਰ ਲੋਕ ਆਵਾਜ਼ ਬਣ ਜਾਂਦੇ ਆ, ਫਿਰ ਲੋਕ ਕੀਤੇ ਹੋਏ ਕੰਮ ਆਪਣੇ ਨੁਮਾਇੰਦੇ ਦੇ ਪ੍ਰਚਾਰਕ ਬਣ ਕੇ ਪ੍ਰਚਾਰ ਕਰਦੇ ਆ। ਸੋ ਅੱਜ ਇਹ MP ਸਾਹਿਬ, ਮੈਂ ਇਹ ਕਹੂੰਗਾ ਕਿ ਉਹ ਬੱਚਾ ਜਿਹਨੇ 5 ਸਾਲ ਕੋਈ ਪੜ੍ਹਾਈ ਨਾ ਕੀਤੀ ਹੋਵੇ, ਇਮਤਿਹਾਨ ਦੇ ਦਿਨਾਂ ਦੇ ਵਿੱਚ ਨਕਲ ਮਾਰਨ ਦਾ ਯਤਨ। ਸੋ ਇਹ MP ਸਾਹਿਬ ਦੀ ਜਿਹੜੀ ਗੱਲ, ਉਹਨਾਂ ਦੀ ਪਾਰਟੀ ਦੇ ਲੀਡਰ MLA ਸਾਹਿਬਾਨ ਕਰ ਰਿਹਾ, ਬਿਲਕੁਲ ਸੱਚਾਈ ਪ੍ਰਗਟ ਕਰ ਰਹੇ। ਤੁਹਾਨੂੰ ਲੱਗਦਾ ਕਿ ਜਿਹੜੀ ਗੁੱਟਬੰਦੀ ਵੀ ਕਾਂਗਰਸ ਦੀ ਜਿਹੜੀ ਸਾਹਮਣੇ ਆ ਰਹੀ ਹੈ, ਇਹ ਬਿਆਨਬਾਜ਼ੀ ਕਰਨ ਦੇ ਨਾਲ? ਇਕੱਲੀ ਕਾਂਗਰਸ ਪਾਰਟੀ ਦੀ ਗੁੱਟਬਾਜ਼ੀ ਨਹੀਂ, ਅੱਜ ਪੰਜਾਬ ਦੀ ਹਕੂਮਤ ਜਿਹੜੀ ਕਾਂਗਰਸ ਪਾਰਟੀ ਦੀ ਹੈ, ਅੱਜ ਹਕੂਮਤ ਦੇ ਅੰਦਰ ਵੀ ਬਹੁਤ ਵੱਡੀ ਪੱਧਰ 'ਤੇ ਗੁੱਟਬਾਜ਼ੀ ਹੈ। ਉਹਦਾ ਲੌਸ ਕਿਹਨੂੰ ਹੋ ਰਿਹਾ ਪੰਜਾਬ ਲਈ? ਕੈਪਟਨ ਅਮਰਿੰਦਰ ਸਿੰਘ ਦੇ ਵਾਅਦੇ ਕਿੱਥੇ ਗਏ? ਸ਼ੂ ਮੰਤਰ ਲੁਧਿਆਣੇ ਦੀ ਗੱਲ ਕਰਾਂ, ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦਾ MP, ਇੱਕ ਵਜ਼ੀਰ, 4 ਲੁਧਿਆਣੇ ਸ਼ਹਿਰ ਦੇ MLA, ਸਮਾਰਟ ਸਿਟੀ ਪ੍ਰੋਜੈਕਟ, ਸੱਤਿਆਨਾਸ਼ ਸਿਟੀ ਪ੍ਰੋਜੈਕਟ ਕੂੜਾ ਤੱਕ ਨਹੀਂ ਸੰਭਾਲਿਆ ਗਿਆ, ਸੜਕਾਂ ਦਾ ਬੁਰਾ ਹਾਲ, ਕਿਤੇ ਪੈਚ ਲਾਉਣ ਲਈ ਵੀ ਲੁੱਕ ਹੈ ਨਹੀਂ। ਸੋ ਇਹ ਜਿਹੜੀ ਗੁੱਟਬੰਦੀ, ਇਕੱਲੀ ਪਾਰਟੀ ਦੇ ਅੰਦਰ ਨਹੀਂ, ਸਰਕਾਰ ਦੇ ਅੰਦਰ ਜਿਹੜੀ ਗੁੱਟਬੰਦੀ, ਉਹ ਪੰਜਾਬ ਦਾ ਬੇੜਾ ਗਰਕ ਕਰ ਰਹੀ ਹੈ। ਬਈ ਗੈਂਗਵਾਰ ਹੋਇਆ ਕੱਲ੍ਹ ਡੇਲੋਂ ਦੇ ਕੋਲ, ਉਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਜਿਹੜਾ ਗੈਂਗਸਟਰ ਫੜਿਆ ਪੰਜਾਬ ਦੇ ਅੰਦਰ, ਲਾਅ ਐਂਡ ਆਰਡਰ ਬੁਰੀ ਤਰ੍ਹਾਂ ਫੇਲ ਹੋ ਚੁੱਕਿਆ। ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਦੇ ਕੋਲ ਹੋਮ ਮਿਨਿਸਟਰੀ ਹੈ, ਮੈਂ ਬੜੀ ਵਾਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇਹ ਅਪੀਲ ਕੀਤੀ ਹੈ, ਸੁਜੈਸ਼ਨ ਦਿੱਤਾ ਕਿ ਕੈਪਟਨ ਸਾਹਿਬ ਤੁਹਾਡੇ ਕੋਲ ਟਾਈਮ ਨਹੀਂ ਹੈਗਾ, ਤੁਸੀਂ ਗ੍ਰਹਿ ਵਜ਼ਾਰਤ, ਹੋਮ ਮਿਨਿਸਟਰੀ ਛੱਡ ਕੇ ਆਪਣੇ ਕਿਸੇ ਸਾਥੀ ਮੰਤਰੀ ਨੂੰ ਦੇ ਦਿਓ, ਤਾਂ ਜੋ ਪੰਜਾਬ ਦੇ ਅੰਦਰ ਜਿਹੜਾ ਅੱਜ ਭੈਭੀਤ ਮਾਹੌਲ ਹੋਇਆ ਨਾ, ਇੱਕ ਦਹਿਸ਼ਤ ਦਾ ਮਾਹੌਲ ਪੈਦਾ ਹੋਇਆ, ਕੋਈ ਸਾਡੀ ਧੀ ਭੈਣ, ਕੋਈ ਬਜ਼ੁਰਗ ਬਾਜ਼ਾਰ ਦੇ ਵਿੱਚ ਨਹੀਂ ਜਾ ਸਕਦਾ, ਸਨੈਚਿੰਗ ਹੋ ਰਹੀ ਹੈ, ਖੋਹਾਂ ਹੋ ਰਹੀਆਂ ਨੇ, ਗੈਂਗਵਾਰ ਪੰਜਾਬ ਦੇ ਅੰਦਰ। ਸੋ ਇਹ ਗੈਂਗਵਾਰ, ਲਾਅ ਐਂਡ ਆਰਡਰ ਦਾ ਜਨਾਜ਼ਾ ਕੱਢ ਰਹੀ, ਅਤੇ ਪੁਲਿਸ ਕੀ ਕਰ ਰਹੀ ਹੈ? ਚਿੱਟਾ ਗਲੀ ਗਲੀ ਆ, ਚੋਰ ਕੁੱਤੀ ਰਲੀ ਆ, ਅਤੇ ਅੱਜ ਚਿੱਟੇ ਦੀ ਇਨਫੋਰਮੇਸ਼ਨ ਹਰ ਮੁਹੱਲੇ, ਹਰ ਗਲੀ, ਹਰ ਪਿੰਡ ਦੇ ਵਿੱਚ ਆ, ਚਿੱਟਾ ਸ਼ਰੇਆਮ ਵਿਕ ਰਿਹਾ। ਲਾਅ ਐਂਡ ਆਰਡਰ ਪੰਜਾਬ ਦੇ ਵਿੱਚ ਬੁਰੀ ਤਰ੍ਹਾਂ ਫੇਲ ਹੋ ਚੁੱਕਿਆ। ਜੀ, ਤੁਹਾਨੂੰ ਲੱਗਦਾ ਕਿ ਬਿੱਟੂ ਜੀ ਨੇ ਸਟੇਟਮੈਂਟ ਦਿੱਤੀ ਹੈ, ਉਹ ਕਹਿੰਦੇ ਕਿ ਹੁਣ ਜਿਹੜੇ ਗੈਂਗਸਟਰ ਆ ਉਹਨਾਂ ਨੂੰ ਫੜਿਆ ਜਾ ਰਿਹਾ, ਪੁਲਿਸ ਉਹਨਾਂ 'ਤੇ ਪੂਰੀ ਨਜ਼ਰ ਰੱਖ ਰਹੀ ਹੈ? ਅਤੇ ਇਹ ਕਹਾਂਗਾ ਕਿ ਜਦੋਂ ਚੋਰ ਸੰਨ ਲਾ ਕੇ ਚਲੇ ਜਾਣ, ਬਦਮਾਸ਼ ਸੰਨ ਲਾ ਕੇ ਚਲੇ ਜਾਣ, ਡਾਕੂ ਸੰਨ ਲਾ ਕੇ ਚਲੇ ਜਾਣ, ਉਦੋਂ ਰੌਲਾ ਪਾਉਣ ਦਾ ਕੀ ਫਾਇਦਾ? ਵੀ ਧਮਕੀ ਦਿੱਤੀ ਗਈ ਸੀ, ਅਤੇ ਮੈਂ ਇਹੀ ਕਹਿੰਦਾ ਨਾ ਕਿ ਪੰਜਾਬ ਦੇ ਅੰਦਰ ਜਿਹੜਾ ਲਾਅ ਐਂਡ ਆਰਡਰ, ਇੱਕ ਵਿਧਾਇਕ ਨੂੰ ਧਮਕੀ ਆਵੇ, ਆਮ ਲੋਕਾਂ ਦਾ ਕੀ ਹਾਲ ਹੋਏਗਾ, ਆਮ ਪਬਲਿਕ ਦਾ ਕੀ ਹਾਲ ਹੋਏਗਾ? ਅੱਜ ਪੰਜਾਬ ਪੁਲਿਸ ਸਿਰਫ ਅਤੇ ਸਿਰਫ ਮਾਸਟਰਾਂ ਨੂੰ ਕੁੱਟਣ ਵਾਲੀ ਇੱਕ ਫੋਰਸ ਬਣ ਕੇ ਰਹਿ ਗਈ ਹੈ, ਆਪਣੀ ਡਿਊਟੀ ਦਾ ਪੁਲਿਸ ਵਾਲੇ ਕਰਨਾ ਹੀ ਭੁੱਲ ਗਏ। ਇਸੇ ਕਰਕੇ ਜਿਹੜੇ ਗੈਰ ਸਮਾਜੀ ਤੱਤ ਹੈਗੇ ਆ, ਜਿਹੜੇ ਗੈਂਗਸਟਰ ਹੈਗੇ ਆ, ਜਿਹੜੇ ਬਦਮਾਸ਼ ਲੋਕ ਆ, ਚੋਰ ਹੈ, ਉਹ ਪੁਲਿਸ ਦੇ ਉੱਤੋਂ ਵੀ ਹੋਏ ਹੋਏ ਆ। ਸੁਖਦੇਵ ਥਾਪਰ ਜੀ ਨੇ, ਸ਼ਹੀਦ ਸੁਖਦੇਵ ਥਾਪਰ, ਉਹਨਾਂ ਦੇ ਘਰ ਦਾ ਬਿਜਲੀ ਦਾ ਮੀਟ ਜਿਹੜਾ ਤਾਰ ਕੱਟ ਦਿੱਤੀ ਗਈ ਸੀ, ਪੁਰਾਤਨ ਵਿਭਾਗ ਕੋਲ ਸਾਰਾ ਇਹਦਾ ਜ਼ਿੰਮਾ। ਸ਼ਹੀਦ ਆਜਮ ਸਰਦਾਰ ਭਗਤ ਸਿੰਘ, ਰਾਜਗੁਰੂ ਸੁਖਦੇਵ, ਸ਼ਹੀਦ ਕਰਤਾਰ ਸਿੰਘ ਸਰਾਭਾ, ਇਹ ਉਹ ਸਰਕਾਰ ਆ ਕਾਂਗਰਸ ਪਾਰਟੀ ਦੀ। ਦਿੱਲੀ ਦੇ ਵਿੱਚ ਬਹੁਤ ਸਾਰੇ ਕ੍ਰਾਂਤੀਕਾਰੀ ਲੋਕਾਂ ਨੇ ਜੰਤਰ ਮੰਤਰ 'ਤੇ ਧਰਨਾ ਲਾ ਲਿਆ ਵੀ ਇਹ ਸ਼ਹੀਦਾਂ ਨੂੰ, ਜਿਨ੍ਹਾਂ ਦੀ ਬਦੌਲਤ ਸਾਨੂੰ ਆਜ਼ਾਦੀ ਮਿਲੀ ਹੈ, ਇਹਨਾਂ ਨੂੰ ਸ਼ਹੀਦ ਦਾ ਦਰਜਾ ਦੇ ਦਿਓ। ਮੈਂ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਵਿੱਚ ਇੱਕ ਪ੍ਰਸਤਾਵ ਪੇਸ਼ ਕੀਤਾ, ਸ਼ਹੀਦ ਆਜਮ ਭਗਤ ਸਿੰਘ, ਰਾਜਗੁਰੂ ਸੁਖਦੇਵ, ਸ਼ਹੀਦ ਕਰਤਾਰ ਸਿੰਘ ਸਰਾਭਾ, ਇਹਨਾਂ ਨੂੰ ਸ਼ਹੀਦ ਦਾ ਦਰਜਾ ਦੇਣ ਵਾਸਤੇ ਪੰਜਾਬ ਅਸੈਂਬਲੀ ਮਤਾ ਪਾਸ ਕਰਕੇ ਕੇਂਦਰ ਨੂੰ ਭੇਜੇ ਤਾਂ ਜੋ ਇਹਨਾਂ ਨੂੰ ਸ਼ਹੀਦ ਦਾ ਦਰਜਾ ਮਿਲ ਜੇ, ਰਿਜੈਕਟ ਕਰਤਾ। ਸੋ ਇੱਥੋਂ ਸਰਕਾਰ ਦੀ ਨੀਅਤ ਦਾ ਪਤਾ ਲੱਗਦਾ, ਸ਼ਹੀਦ ਸੁਖਦੇਵ ਥਾਪਰ ਦੇ ਘਰ ਦਾ ਬਿਜਲੀ ਦਾ ਬਿੱਲ ਨਾ ਜਮ੍ਹਾਂ ਕਰਾਇਆ ਜਾ ਸਕੇ ਸਰਕਾਰ ਦੇ ਮਹਿਕਮੇ ਕੋਲੋਂ। ਇੱਦੂ ਵੱਡੀ ਸ਼ਹੀਦਾਂ ਪ੍ਰਤੀ ਅਣਦੇਖੀ, ਅਤੇ ਲੋਕ ਕਦੇ ਇਹਨਾਂ ਨੂੰ ਮਾਫ ਨਹੀਂ ਕਰਨਗੇ। ਆ 2019 ਆ ਗਿਆ ਨਾ, ਉਹ ਲੋਕ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਆਜ਼ਾਦ ਹਾਂ, ਉਹ ਲੋਕ ਜਿਨ੍ਹਾਂ ਦੀ ਬਦੌਲਤ ਸਰਕਾਰਾਂ ਬਣਦੀਆਂ ਨੇ, ਅਤੇ ਅਸੀਂ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜੇ ਘਰ ਬਣਾਏ, ਉਹਨਾਂ ਦਾ ਬਿਜਲੀ ਦਾ ਬਿੱਲ, ਕਨੈਕਸ਼ਨ ਕੱਟੇ ਜਾਣ। ਸੋ ਇਹ ਲੋਕ ਬਦਲਾ ਲੈਣ। ਇੱਕ ਉਹਨਾਂ ਨੇ ਮੰਗ ਕੀਤੀ ਕਿ ਇੱਥੇ ਮਿਊਜ਼ੀਅਮ ਜਿਹੜਾ ਸਥਾਪਿਤ ਕੀਤਾ ਜਾਵੇ, ਜਿਵੇਂ ਖਟਕੜ ਕਲਾਂ ਦੇ ਵਿੱਚ ਕੀਤਾ, ਉੱਥੇ ਸਰਕਾਰ ਨੇ ਜਗ੍ਹਾ ਲੈ ਕੇ ਉਹਨਾਂ ਦੇ ਜਿਹੜਾ, ਮੈਂ ਖਟਕੜ ਕਲਾਂ ਜਾ ਕੇ ਆਇਆ, ਕੈਸੀ ਉੱਥੇ ਦੁਰਦਸ਼ਾ, ਮੈਂ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਦੇ ਜੱਦੀ ਘਰ ਦੇ ਵਿੱਚ ਜਾ ਕੇ ਆਇਆ, 23 ਮਾਰਚ ਨੂੰ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ।
ਉੱਥੋਂ ਦੀ ਭਗਤ ਸਿੰਘ ਸ਼ਹੀਦ ਆਜ਼ਮ ਭਗਤ ਸਿੰਘ ਨੌਜਵਾਨ ਕਲੱਬ ਜਿਹੜੀ ਖੜਕੜ ਕਲਾਉਂਦੀ ਆ ਉਹਦੇ ਮੈਂਬਰ ਮੈਨੂੰ ਮਿਲੇ, ਕੰਧਾਂ ਦੋ ਤਿੰਨ ਢਈਆਂ ਹੋਈਆਂ ਨੇ, ਸੜਕ ਦਾ ਬੁਰਾ ਹਾਲ ਆ, ਕਹਿੰਦੇ ਅਸੀਂ ਵਾਰ ਵਾਰ ਇਲਾਕੇ ਦਾ MLA ਕਾਂਗਰਸ ਪਾਰਟੀ ਦਾ, ਅਸੀਂ ਵਾਰ ਵਾਰ MLA ਕੋਲ ਗਏ, ਅਸੀਂ ਵਾਰ ਵਾਰ MP ਕੋਲ ਗਏ, ਅਸੀਂ ਵਾਰ ਵਾਰ ਜ਼ਿਲ੍ਹੇ ਦੇ DC ਕੋਲ ਗਏ, ਸ਼ਹੀਦ ਭਗਤ ਸਿੰਘ ਨਗਰ ਦੇ DC ਕੋਲ, ਕੋਈ ਸੁਣਵਾਈ ਨਹੀਂ। ਤੋ ਤੁਸੀਂ ਇੱਥੋਂ ਦੀ ਗੱਲ ਕਰਦੇ ਆ, ਇਹ ਸਰਕਾਰ ਸ਼ਹੀਦਾਂ ਦੀ ਅਣਦੇਖੀ ਕਰਦੀ ਹੈ, ਸਿਰਫ ਸਿਆਸੀ ਰੋਟੀਆਂ ਸੇਕਣੀਆਂ ਜਾਣਦੇ ਆ, ਸ਼ਹੀਦਾਂ ਦਾ ਨਾਮ ਲੈ ਕੇ ਸਰਕਾਰਾਂ ਚਲਾਉਣੀਆਂ ਜਾਣਦੇ ਆ, ਸ਼ਹੀਦਾਂ ਦਾ ਨਾਮ ਲੈ ਕੇ ਲੋਕਾਂ ਨੂੰ ਭੰਬਲ ਭੁੱਸਾ ਅਤੇ ਲੋਕਾਂ ਦੀਆਂ ਭਾਵਨਾਵਾਂ ਕੈਸ਼ ਕਰਕੇ ਵੋਟ ਬਟੋਰਨਾ ਜਾਣਦੇ। ਇਹ ਅਰਵਿੰਦ ਕੇਜਰੀਵਾਲ ਸਾਹਿਬ ਕੋਲੋਂ ਸਵਾਲ ਪੁੱਛੋ, ਉਹੀ ਅਰਵਿੰਦ ਕੇਜਰੀਵਾਲ ਸਾਹਿਬ ਜਿਹੜੇ ਕਿਸੇ ਵੇਲੇ ਕਾਂਗਰਸ ਪਾਰਟੀ ਨੂੰ ਪਾਣੀ ਪੀ ਪੀ ਗਾਲਾਂ ਕੱਢਦੇ ਸੀ ਵੀ ਇਹਨੇ ਦੇਸ਼ ਬੜਾ ਲੁੱਟਿਆ, ਅੱਜ ਅਰਵਿੰਦ ਕੇਜਰੀਵਾਲ ਸਾਹਿਬ ਲੇਟ ਲੇਟ ਕੇ ਕਾਂਗਰਸ ਦੇ ਪੈਰਾਂ 'ਚ ਡਿੱਗ ਕੇ ਗਿੜਗਿੜਾ ਰਹੇ ਆ ਕਿ ਸਾਡੇ ਨਾਲ ਅਲਾਇੰਸ ਕਰ ਲਓ। ਪੰਜਾਬ ਦੇ ਅੰਦਰ ਭਗਵੰਤ ਮਾਨ ਜੀ ਹੋਰੀ ਟਕਸਾਲੀਆਂ ਦੇ ਨਾਲ, ਅਤੇ ਅੱਜ ਆਮ ਆਦਮੀ ਪਾਰਟੀ ਇਕੱਲੀ ਪੰਜਾਬ ਦੇ ਅੰਦਰ ਨਹੀਂ, ਪੂਰੇ ਦੇਸ਼ ਦੇ ਅੰਦਰ ਆਪਣਾ ਆਧਾਰ ਖਤਮ ਕਗਾਰ 'ਤੇ ਖੜੀ ਆ ਖਤਮ ਹੋਣ ਦੇ। ਸੋ ਇਸ ਕਰਕੇ ਇਹ ਕਿਸੇ ਨਾਲ ਅਲਾਇੰਸ ਕਰ ਲੈਣ, ਇਹ ਕਾਂਗਰਸ ਨਾਲ ਕਰ ਲੈਣ, ਇਹਨਾਂ ਦਾ ਚਿਹਰਾ ਬੇਨਕਾਬ ਪੰਜਾਬ ਦੇ ਅੰਦਰ ਹੋ ਚੁੱਕਿਆ। ਟੋਟਲ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਚੁੱਕਿਆ ਕਿ ਅਰਵਿੰਦ ਕੇਜਰੀਵਾਲ ਪੰਜਾਬ ਵਾਸਤੇ ਇਮਾਨਦਾਰ ਨਹੀਂ। ਅਰਵਿੰਦ ਕੇਜਰੀਵਾਲ ਜਿਹੜੇ ਵਿਕਰਮ ਜੀਠੀਏ ਨੂੰ ਚਿੱਟੇ ਦਾ ਸਭ ਤੋਂ ਵੱਡਾ ਤਸਕਰ ਕਹਿੰਦੇ ਸੀ, ਕਿੱਡੇ ਕਿੱਡੇ ਬੋਰਡ ਇਹਨਾਂ ਨੇ ਕੰਧਾਂ ਦੇ ਉੱਤੇ ਪੋਸਟਰਬਾਜ਼ੀ ਕੀਤੀ, ਇੱਕ ਵਾਰੀ ਨਹੀਂ ਅਸੀਂ ਹਜ਼ਾਰ ਵਾਰੀ ਕਹਾਂਗੇ ਵਿਕਰਮ ਜੀਠੀਆ ਚਿੱਟਾ ਵੇਚਦਾ, ਅਤੇ ਉਹੀ ਅਰਵਿੰਦ ਕੇਜਰੀਵਾਲ, ਉਹੀ ਆਮ ਆਦਮੀ ਪਾਰਟੀ। ਅਰਵਿੰਦ ਕੇਜਰੀਵਾਲ ਜੀ ਮਜੀਠੀਏ ਨੂੰ ਮਾਫ਼ੀ ਦੇ ਗਏ, ਮਾਫ਼ੀ ਮੰਗ ਕੇ ਕਲੀਨ ਚਿੱਟ ਦੇ ਗਏ ਕਿ ਵਿਕਰਮ ਮਜੀਠੀਏ ਨੇ ਚਿੱਟਾ ਨਹੀਂ ਵੇਚਿਆ। ਉਹੀ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਜਿਹੜੀ ਬਾਦਲਾਂ ਦੇ ਮਾਫ਼ੀਏ ਨੂੰ ਕਹਿੰਦੇ ਸੀ ਫੜ ਲਾਂਗੇ ਅਸੀਂ, ਬਾਦਲਾਂ ਨੂੰ ਫੜ ਕੇ ਜੇਲ੍ਹ 'ਚ ਕਰਾਂਗੇ, ਅੱਜ ਬਾਦਲਾਂ ਦੀ ਇੰਡੋ ਕਨੇਡੀਅਨ ਬੱਸ ਸਰਵਿਸ ਦਿੱਲੀ ਦੇ ਵਿੱਚ ਪੰਜਾਬੀਆਂ ਦੀ ਏਅਰਪੋਰਟ ਦੇ ਉੱਤੇ ਲੁੱਟ ਕਰ ਰਹੀ ਆ। ਦੂਜੇ ਪਾਸੇ ਪੰਜਾਬ ਦੀ ਜਿਹੜੀ ਰੋਡਵੇਜ਼ ਦੀਆਂ ਵੋਲਵੋ ਬੱਸਾਂ ਨੇ ਉਹ ਕੇਜਰੀਵਾਲ ਸਾਹਿਬ ਨੇ ਫੜ ਕੇ ਦਿੱਲੀ ਦੇ ਥਾਣਿਆਂ 'ਚ ਬੰਦ ਕਰਤੀਆਂ। ਪੰਜਾਬੀ ਇਹਨਾਂ ਦਾ ਜਿਹੜਾ ਦਮੂਹੀਆ ਚਿਹਰਾ ਸੀਗਾ ਨਾ, ਉਹ ਬੇਨਕਾਬ ਪੰਜਾਬ ਦੇ ਅੰਦਰ ਹੋ ਚੁੱਕਿਆ। ਕਿਸੇ ਨਾਲ ਅਲਾਇੰਸ ਕਰ